ਮੇਨ ਵੱਡੀ ਗੱਲ ਸਾਰਿਆਂ ਦਾ ਧਰਮ ਇੱਕੋ ਹੀ ਗੱਲ ਦੱਸਦਾ ਕਿ ਬਈ ਸੱਚ ਬੋਲੋ ਸੱਚ ਬੋਲੋ ਅਸੱਚ ਹੈ ਨਹੀਂ ਹੈ ਤਾਂ ਲੋਗਾਂ ਨੇ ਮੈਂ ਕਿਹਾ ਬਈ ਇੱਕ ਇੱਕ ਬੱਚੇ ਦੀ ਬਾੜੋ ਜੀ ਮੈਂ ਪੈਸੇ ਨਹੀਂ ਮੰਗਦਾ ਕਿਸੇ ਕੋਲੋਂ ਇਹ ਫਾਰਮ ਹੈ ਇਹ ਬੱਚਾ ਟੈਲੀਫੋਨ ਨੰਬਰ ਜੇ ਇਹ ਬੱਚਾ ਐਡਰੈਸ ਜੇ ਬੱਚੇ ਨੂੰ ਪੜਾ ਦਿਓ ਪੈਸਾ ਸਭ ਕੁਝ ਨਹੀਂ ਹੈ ਪੈਸੇ ਬਿਨਾ ਵੀ ਗੱਲ ਨਹੀਂ ਹੈ ਪਰ ਪੈਸਾ ਪਿੱਛੇ ਵਿੱਚ ਆਇਆ ਹੈ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਕਿਸੇ ਉੱਚ ਅਧਿਆਪਕ ਤੇ ਹੋਣਗੇ ਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਾਂਗੇ ਜਿਹੜੇ ਬੱਚੇ ਵਾਕਈ ਹੀ ਕੁਝ ਹੁੰਜਦਾ ਇੱਕ ਬੱਚਾ ਸਾਡਾ ਸਕਾਲਰਸ਼ਿਪ ਦੇ ਸਤੇ ਹਾਰਵਰਡ ਤੱਕ ਪਹੁੰਚਿਆ ਉਨ ਹਾਰਵਰਡ ਯੂਨੀਵਰਸਿਟੀ ਦੇ ਵਿੱਚੋਂ ਸਕਾਲਰਸ਼ਿਪ ਲੈ ਕੇ ਪਹੁੰਚਿਆ ਇਦਾਂ ਦੇ ਵਿੱਚ ਤਾਂ ਅਸੀਂ ਜ਼ਰੂਰ ਤਿਆਰ ਕਰ ਰਹੇ ਹਾਂ ਪਰ ਅਸੀਂ ਕਿ ਸਿਰਫ ਪੈਸਾ ਲੈ ਕੇ ਬਾਹਰ ਜਾਣਾ ਉਹ ਚੀਜ਼ ਅਸੀਂ ਨਹੀਂ ਪ੍ਰਿਫਰ ਕਰਦੇ ਦੁਨੀਆ ਜਿਹੜੇ ਸਿੱਖ ਨੇ ਨਰਾਈਸ ਫੈਲੇ ਹੋਏ ਨੇ ਜਾਂ ਪੰਜਾਬੀ ਐਨ ਆਰ ਆਈ ਲੱਗੇ ਨੇ ਉਹਨਾਂ ਨੂੰ ਵੀ ਰਿਕਵੈਸਟ ਕਰਾਂਗਾ ਕਿ 13000 ਪਿੰਡਾਂ ਕੋ ਬੜੀ ਵੱਡੀ ਗੱਲ ਨਹੀਂ ਹੈ ਇੱਕ ਇੱਕ ਨਰਾਈ ਇੱਕ ਇੱਕ ਪਿੰਡ ਵੀ ਸੰਭਾਲ ਲੈਣਾ ਤੇ ਨਕਸ਼ਾ ਬਦਲ ਜਾਏਗਾ ਅਸੀਂ ਵਿਚੋਲੇ ਆ पर बच्चे ਲਈ ਤੁਹਾਡ ਨੂੰ ਰਿਪੋਰਟਾਂ ਭੇਜਦੇ ਨੇ ਨਿਆ ਬੱਚਾ ਵਾਕਈ ਪ੍ਰੋਗਰੈਸ ਕਰ ਰਿਹਾ ਜਿਵੇਂ ਦੋ ਡਾਕਟਰ ਬਣ ਚੁੱਕੇ ਆ ਦੋ ਵਕੀਲ ਬਣ ਚੁੱਕੇ ਆ ਔਰ ਇਹ ਬੜੇ ਬੜੀ ਬੜੀ ਕੁਰਸੀਆਂ ਦੇ ਬਿਠਾਉਣ ਦਾ ਮੇਰਾ ਸ਼ੌਕ ਹੈ ਮੇਰਾ ਮੇਨ ਇੰਟਰਸਟ ਹੀ ਹੁੰਦਾ ਹੈ ਕਿ ਥੋੜੇ ਬੱਚਿਆਂ ਨੂੰ ਯਾਰ ਮੈਂ ਆਪਣੀ ਜੀਵਨ ਕਹਾਣੀ ਸੁਣਾ ਕੇ ਨਾ ਜੀ ਤੇ ਬਸ ਬੱਚਿਆਂ ਨੂੰ ਮੋਟੀਵੇਟ ਕਰਦਾ ਵਾਂ ਜਿਹੜਾ ਐਜੂਕੇਸ਼ਨ ਲੰਗਰ ਹੈ ਉਹ ਸਾਰਿਆਂ ਵਾਸਤੇ ਆ ਗੁਰੂ ਸਾਹਿਬ ਜੀ ਨੇ ਲੰਗਰ ਚਲਾਇਆ ਸੀ ਜਿਹੜਾ ਆਪਾਂ ਕਹਿੰਨੇ 20 ਦਾ ਲੰਗਰ ਆਈ ਪੂਰੇ ਸੰਸਾਰ ਦੀ ਜਿਹੜੀ ਭੁੱਖ ਹੈ ਉਹ ਮਿਟਾ ਰਿਹਾ ਤੇ ਐਜੂਕੇਸ਼ਨ ਦਾ ਲੰਗਰ ਵੀ ਇਹ ਗੁਰੂ ਤੇ ਇਹ ਵੀ ਪੂਰੀ ਦੁਨੀਆ ਤੱਕ ਜਾਣਾ ਹੈ ਸਾਡੇ ਕੋਲ ਮੁਸਲਮਾਨ ਬੱਚੇ ਪੜਦੇ ਆ ਤਜ਼ਮੀ ਉਹ ਹਿੰਦੂ ਬੱਚੇ ਪੜਦੇ ਆ ਸਾਰੇ ਪੜਾਣੇ ਆ ਸੀ ਕੋਈ ਅਸੀਂ ਗੱਲ ਨਹੀਂ ਅਸੀਂ ਇਹ ਨਹੀਂ ਕਿ ਬਈ ਅਸੀਂ ਪੜਾਈ ਖਾਏ ਸਿੱਕਾ ਨੂੰ ਹੈ ਨਹੀਂ ਉਹੋ ਜੀ ਗੱਲ ਨਹੀਂ ਸਾਡੇ ਕੋਲ ਜੇ ਮੈਂ 2 ਲੱਖ ਰੁਪਏ ਰੋਜ਼ ਦਾ ਕਮਾਵ ਵੀ ਲੈਂਦਾ ਤੇ ਇੱਥੇ ਸਭ ਕੁਝ ਛੱਡ ਕੇ ਜਾਣਾ ਹੈ ਨਾਲ ਦਾ ਜਾਣਾ ਨਹੀਂ ਅਗਰ ਸਾਰੇ ਜਿੰਨੇ ਸਾਡੇ ਗੁਰਦੁਆਰੇ ਨੇ ਅਗਲੇ ਨਾਲ ਕਮਾਚ ਲੱਗ ਜਾਂ ਅਗਰ 5-5 10-10 ਬੱਚੇ ਇਹ ਹੀ ਅਡੌਪਟ ਕਰ ਲੈ ਤੇ ਕਿਹੜੀ ਵੱਡੀ ਗੱਲ ਇਹਨਾਂ ਨੇ ਕਿਹੜਾ ਕੋਲੋਂ ਪੈਸੇ ਦੇਣਗੇ ਫਿਰ ਬੱਚਾ ਕਿਤੇ ਹੋਰ ਪੜ ਰਿਹਾ ਜਿੱਥੇ ਸਾਡੇ ਸਕੂਲ ਨਹੀਂ ਹੈਗੇ ਬਟ ਉਹਨੂੰ ਉਹਨੂੰ ਵੀ ਅਸੀਂ ਸਕਾਲਰਸ਼ਿਪਸ ਰਾਹੀਂ ਜਿਹੜਾ ਹੈ ਉਹ ਸਪੋਰਟ ਕਰਦੇ ਆ। ਕੋਸੀਂ ਕੱਲੇਆਣਾ ਰਹੀਆਂ ਤਾਂ ਵੀ ਛੱਡੀਓ ਵੀ ਗਲਤ ਹੈ। ਉਹ ਤਾਂ ਆਪਣਾ ਕੰਮ ਕਰ ਹੀ ਰਹੇ ਨੇ। ਉਹ ਤਾਂ ਜਿੰਨਾ ਉਹਨਾਂ ਕੋਲ ਹੁੰਦਾ ਉਹ ਕਰਦੇ ਨੇ ਬਟ ਉਹ ਹੁਣ ਆ ਕੇ ਇੱਥੇ ਦਰਵਾਜ਼ੇ ਬੰਨਵਾਨੇ ਬੰਦ ਕਰਨ, ਇੱਥੇ ਉਹ ਚੀਜ਼ਾਂ ਬੰਦ ਕਰਨ ਤੇ ਆ ਕੇ ਕਿ ਸਕੂਲ ਹੀ ਅਡਾਪਟ ਕਰ ਲੈ। ਬਿਲਕੁਲ। ਉਹ ਵੀ ਬਹੁਤ ਵੱਡੀ ਗੱਲ ਹੈ। ਸੋ ਅਗਰ ਕੋਈ ਐਸੇ ਪਰਿਵਾਰ ਨੇ ਜਿਹੜੇ ਅਫੋਰਡ ਕਰ ਸਕਦੇ ਨੇ ਔਰ ਦਸਵੰਦ ਦੇ ਵਿੱਚ ਯੋਗਦਾਨ ਪਾ ਸਕਦੇ ਨੇ ਅਸੀਂ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਆ ਕੇ ਇਹ ਸਾਰੇ ਪ੍ਰੋਜੈਕਟਸ ਨੂੰ ਦੇਖੋ ਤੇ ਨਾਲ ਦੀ ਨਾਲ ਆਪਣਾ ਜਿਹੜਾ ਬੜਮੁੱਲਾ ਯੋਗਦਾਨ ਹੈ ਜਿਹੜੇ এডਿਕੇਸ਼ਨ ਦੇ ਲੰਗਰ ਬਾਕੀ ਲੰਗਰਾਂ ਵਿੱਚ ਵੀ ਅਸੀਂ ਜਿੱਥੇ ਯੋਗਦਾਨ ਪਾਣਾ ਇਸ এডਿਕੇਸ਼ਨ ਦੇ ਲੰਗਰ ਵਿੱਚ ਵੀ ਆਪਣਾ ਯੋਗਦਾਨ ਪਾਣਾ 84 ਦੇ ਨਾਲ ਜੁੜੇ ਹੋ ਮਰ ਜਿੰਦਰ ਸਿੰਘ ਸਵਰਾਜ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਨਿਜ਼ਾਮ ਦੇ ਅੰਦਰ ਜਾਂ ਪੰਜਾਬ ਦੇ ਖਿੱਤੇ ਦੀ ਗੱਲ ਹੋਵੇ ਤਾਂ এডੂਕੇਸ਼ਨ ਦੀ ਬਹੁਤ ਵੱਡੀ ਮਹਾਨਤਾ ਮੰਨੀ ਜਾਂਦੀ ਹੈ ਔਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਨਵੀਂ ਪੀੜੀ ਦੀ ਗੱਲ ਕੀਤੀ ਜਾਵੇ ਤਾਂ এডੂਕੇਸ਼ਨ ਨੂੰ ਲੈ ਕੇ ਵੱਡੇ ਚਿੰਤਾਜਨਕ ਸਵਾਲ ਵੀ ਉਠਾਏ ਜਾਂਦੇ ਨੇ ਤੇ ਇਸੇ ਨੂੰ ਲੈ ਕੇ ਇੱਕ ਪਹਿਲ ਕਦਮੀ ਕੀਤੀ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਤੋਂ ਭਾਈ ਜਸਵਿੰਦਰ ਸਿੰਘ ਯੂਕੇ ਵਾਲਿਆਂ ਨੇ ਔਰ ਉਹਨਾਂ ਨੇ ਖਾਸ ਕਰ ਉਹਨਾਂ ਵਿਦਿਆਰਥੀਆਂ ਨੂੰ ਅਡਾਪਟ ਕੀਤਾ ਹੈ ਜਿਹੜੇ ਕਿਤੇ ਨਾ ਕਿਤੇ এডੂਕੇਸ਼ਨ ਹਾਸਲ ਕਰਨੀ ਚਾਹੁੰਦੇ ਨੇ ਔਰ ਵੱਡੇ ਮਰਤਬੇ ਤੇ ਉੱਪਰ ਪੁੱਜਣਾ ਚਾਹੁੰਦੇ ਨੇ ਪਰ ਸਧਾਰਨ ਪਰਿਵਾਰ ਦੇ ਹੋਣ ਕਰਕੇ ਵੱਡੀਆਂ ਚੁਣੌਤੀਆਂ ਉਹਨਾਂ ਪਰਿਵਾਰਾਂ ਦੇ ਤੇ ਉਹਨਾਂ ਨੌਜਵਾਨ ਵਿਦਿਆਰਥੀਆਂ ਦੇ ਸਾਹਮਣੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਭਾਈ ਜਸਵਿੰਦਰ ਸਿੰਘ ਯੂਕੇ ਵਾਲੇ ਮੇਰੇ ਨਾਲ ਹਾਜ਼ਰ ਨੇ ਸਵਾਗਤ ਹੈ ਸਭ ਤੋਂ ਪਹਿਲਾਂ ਸਵਾਗਤ ਜੀ ਸਰ ਸਭ ਤੋਂ ਪਹਿਲਾ ਮੁੱਢਲੇ ਰੂਪ ਤੇ ਵਿੱਚ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਜਿਹੜੇ ਅੱਜ ਪ੍ਰੋਜੈਕਟ ਤੁਹਾਡੇ ਵੱਲੋਂ ਖਾਸ ਕਰ ਲੋੜਵੰਦ ਵਿਦਿਆਰਥੀਆਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਨੇ ਜੀ ਬਿਲਕੁਲ ਜੀ ਮੈਂ 55 ਸਾਲ ਇੰਗਲੈਂਡ ਦੀ ਅਸਤੀ ਲਗਾਇਆ ਜੀ ਦੁਨੀਆ ਸਾਰੀ ਫਿਰਿਆ ਵਾਂ ਤੇ ਮੈਂ ਹਮੇਸ਼ਾ ਜ਼ਿੰਦਗੀ ਜਈ ਚੀਜ਼ ਸੋਚਿਆ ਵੀ ਉਹ ਜਿਹੜੇ ਸਾਡੇ ਤੋਂ ਅੱਗੇ ਨੰਗੇ ਆ ਉਹ ਕਿਵੇਂ ਨੰਗੇ ਆ ਤੇ ਪੜ੍ਹਾਈ ਦੀ ਬੜੀ ਜ਼ਬਰਦਸਤ ਜ਼ਰੂਰਤ ਹੈਗੀ ਆ ਦੇਖੋ ਸਾਡੇ ਗੁਰੂ ਦਾ ਵੀ ਹੁਕਮ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਚਕੋ ਤੇ ਮੈਂ ਉਥੇ ਕਾਰੋਬਾਰ ਕੀਤਾ ਚੰਗਾ ਵੱਡਾ ਕਾਰੋਬਾਰ ਹੈ ਮਹਾਰਾ ਦੀ ਕਿਰਪਾ ਜੀ ਤੇ ਫਿਰ ਉਸ ਤੋਂ ਬਾਅਦ ਭਾਈ ਸਾਹਿਬ ਭਜ ਸਿੰਘ ਖਾਲਸਾ ਖਾਣੇ ਵਾਲੇ ਮੈਨੂੰ ਮਿਲੇ ਜਦੋਂ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਇਦਾਂ ਕਰਕੇ ਤੇ ਬਈ ਆਪਣਾ ਪੰਜਾਬ ਅਨਪੜਾ ਅਨਪੜਿਆ 55 ਸਾਲ ਪਹਿਲੇ ਕਲਕੱਤਾ ਮਜ਼ਾਦ ਬੰਗਲੌਰ ਵੀ ਅਨਪੜ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਆਪਾਂ ਵਿਚ ਉਹਨੂੰ ਆਪਾਂ ਪੜਾਈਆਂ ਕਰਾਈਏ ਜੀ ਤੇ ਮੈਂ ਫਿਰ ساری ਦੁਨੀਆ ਟਰੈਵਲ ਕਰਦਾ ਜਾਣਾ ਆਣਾ ਲੋਕਾਂ ਨੂੰ ਕਹਿਣਾ ਕਿਉਂਕਿ ਮੇਰੇ ਮਤਲਬ 12 ਸਾਲ ਪਹਿਲੇ ਮੇਰੀ 2 ਲੱਖ ਰੁਪਏ ਰੋਜ਼ ਦੀ ਇਨਕਮ ਸੀਗੀ ਜੀ ਤੇ ਮੈਂ ਕਿਹਾ ਵੀ ਹੁਣ ਮੇਰੀ ਕੋਈ ਕਹਾਣੀ ਵੀ ਉਂਝ ਪੇ ਖਾਰੀ ਤੋਂ ਰਾਜਾ ਹੈ ਤੇ ਫਿਰ ਉਸ ਤੋਂ ਬਾਅਦ ਨਾਲ ਤਾਂ ਜਾਣਾ ਕੁਝ ਨਹੀਂ ਤੇ ਮੈਂ ਵੀਰ ਜੀ ਨੇ ਫਿਰ ਮੈਨੂੰ ਥਾਪੜਾ ਦੇ ਕੇ ਇੱਕ ਸੁਪਨਾ ਸੀ ਉਹਨਾਂ ਦਾ ਭਈ ਆਪਣਾ ਪੰਜਾਬ ਆਨ ਬੜਦੇ ਬੱਚਿਆਂ ਨੂੰ ਪੜਾਈਆਂ ਕਰਾਈਏ ਆਨ ਪਨੀਰ ਵੀ ਸੰਭਾਲੀਏ ਜੀ ਤੇ ਉੱਥੋਂ ਫਿਰ ਮੈਂ ਉਦੋਂ ਦਾ ਤਕਰੀਬਨ 210 ਉਦੋਂ ਪਰਮਾਨੈਂਟ ਲੱਗ ਗਿਆ ਇਥੇ ਆ ਕੇ ਪਰ ਆਂਦਾ ਮੈਂ ਪੁਰਾਣਾ 2000 ਤੋਂ ਹੀ ਪਿਆ ਤਾਂ ਸੰ 2000 ਤੋਂ ਵੀਰ ਜੀ ਸੰਗਤ ਵੀ ਕੀਤੀ 7 ਸਾਲ ਔਰ ਉਹ ਇਸ ਸੁਪਨਾ ਨੂੰ ਪੂਰਾ ਕਰਨ ਵਾਸਤੇ ਮੈਂ ਪੂਰੀ ਆਪਣੀ ਉਮਰ ਵੀ ਮਨੂੰ ਦੇ ਗਏ ਜੀ ਜਿਹੜਾ ਉਦੋਂ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਕਿੰਨਾ ਸਮਾਂ ਹੋ ਗਿਆ ਜੀ ਅਜੇ ਤੱਕ ਇਹ ਹੁਣ ਆਪਾਂ 2002010 ਤੋਂ ਨਰਖਾ ਸਕੂਲ ਸ਼ੁਰੂ ਕੀਤੇ ਸੀਗੇ 2000 12 ਤੋਂ ਸਕੂਲ 12 ਪਰ ਅਸੀਂ ਦੂਜੇ ਸਕੂਲਾਂ ਦੇ ਬੱਚਿਆਂ ਦੀ ਫੀਸ ਦੇ ਦਿੰਦੇ ਹੁੰਦੇ ਸੀ ਮੈਂ ਜਾਨਣਾ ਕਿ ਸਾਰੇ ਪੰਜਾਬ ਦੇ ਸਕੂਲਾਂ ਜਾਨਣਾ ਤੇ ਭੜਾਕੂ ਬੱਚੇ ਲੱਭ ਲੈਣਾ ਤੇ ਉਹ ਬੱਚੇ ਫਿਰ ਫੀਸ ਨਹੀਂ ਦੇਦੇ ਸਦੇ ਘਰ-ਬਾਰ ਦੇਖ ਲਈਦਾ ਵਾਕਈ ਬਟਾ ਲਾਕੂ ਪਰ ਪੜ ਕੇ ਕੱਲ ਵੱਡਾ ਆਈਪੀਐਸ ਅਫਸਰ ਵੀ ਬਣ ਸਕਦਾ ਕੋਈ ਹੋਰ ਵੀ ਵੱਡੀ ਵੱਡੀ ਪੋਸਟਾਂ ਡਾਕਟਰ ਇੰਜੀਨੀਅਰ ਅਫਸਰ ਤੇ ਉਹ ਮੈਂ ਉਹ ਦੇਖ ਕੇ ਸਾਰੀ ਟੀਮ ਹੈਗੀ ਜਿਵੇਂ ਤੇ ਅਸੀਂ ਉਹਦੀ ਫੀਸ ਅਰੇਂਜ ਕਰਾ ਦਿੰਦੇ ਹਾਂ ਜੇ ਪਹਿਲੇ ਤਾਂ ਮੈਂ ਸ਼ੁਰੂ ਤੋਂ ਆਪਣੇ ਕੋਲੋਂ ਕਰੀ ਸ਼ੁਰੂ ਕਰਤੀ ਸੀਗੀ ਫਿਰ ਹੌਲੀ-ਹੌਲੀ ਬਾਬਾ ਜੀ ਦੀ ਕਿਰਪਾ ਹੁੰਦੀ ਰਹੀ ਤੇ ਮੈਂ ਸਾਈ ਦੁਨੀਆ ਟਰੈਵਲ ਕੀਤਾ ਲੋਕਾਂ ਨੂੰ ਮੈਂ ਕਿਹਾ ਬਈ ਇੱਕ- ਜੀ ਮੈਂ ਪੈਸੇ ਨਹੀਂ ਮੰਗਦਾ ਕਿਸੇ ਕੋਲੋਂ ਇਹ ਫਾਰਮ ਹੈ ਇਹ ਬਚਾ ਟੈਲੀਫੋਨ ਨੰਬਰ ਜੇ ਇਹ ਬਚਾ ਐਡਰੈਸ ਜੇ ਬੱਚੇ ਨੂੰ ਪੜਾ ਦਿਓ ਆਪਣੇ ਬੱਚੇ ਬੜਾਉਣਾ ਹੀ ਹੁੰਦਾ ਦੁਨੀਆ 'ਚ ਤੇ ਸਾਡੇ ਉੱਥੇ ਲੋਕਾਂ ਲਈ ਇੱਕ ਪੀਜ਼ਾ ਹਾਂ ਇੱਕ ਪੀਜ਼ਾ ਜਿਹੜਾ ਨੇ ਇੱਕ ਬੱਚੇ ਦੇ ਇੱਥੇ ਪੜਾਈ ਕਰਾ ਲੇੜਦਾ ਹੈ ਉਹ ਇੱਕ ਪੀਜ਼ਾ ਘਟ ਖਾ ਲੀਏ ਤੇ ਉਹਦਾ ਲੋਕੀ ਫਿਰ ਸਪਾਂਸਰ ਕਰ ਦਿੰਦੇ ਆ ਔਰ ਸਭ ਤੋਂ ਵਧੀਆ ਸਾਨੂੰ ਇਹੀ ਗੱਲ ਦੱਸੀ ਜਾਂਦੀ ਕਿ ਤੁਹਾਡੇ ਬੱਚੇ ਦੇ ਸਾਰੇ ਦਿੱਤੇ ਹੋਏ ਪੈਸੇ ਸੀ ਬੱਚੇ ਦੇ ਦੇ ਦਿੰਨੇ ਨੇ ਅਸੀਂ ਬਸ ਵਿਚੋਲੇ ਆ ਪਰ ਬੱਚੇ ਲਈ ਤੁਹਾਡ ਨੂੰ ਰਿਪੋਰਟਾਂ ਭੇਜਦੇ ਨੇ ਨਿਆ ਬੱਚਾ ਵਾਕਈ ਪ੍ਰੋਗਰੈਸ ਕਰ ਰਿਹਾ ਜਿਵੇਂ ਦੋ ਡਾਕਟਰ ਬਣ ਚੁੱਕੇ ਆ ਦੋ ਵਕੀਲ ਬਣ ਚੁੱਕੇ ਆ ਔਰ ਇਹ ਬਣੇ ਬੜੀ ਬੜੀ ਕੁਰਸੀਆਂ ਤੇ ਬਿਠਾਉਣ ਦਾ ਮੇਰਾ ਸ਼ੌਕ ਹੈ ਤੇ ਇਹ ਗੁਰੂ ਸਾਹਿਬ ਮੈਨੂੰ ਤੋਂ ਸੇਵਾ ਲੈ ਰਹੇ ਤਾਂ ਕਿ ਮੈਂ ਆਪਣੇ ਬੱਚੇ ਬਣਾ ਕੇ ਆਇਆ ਹਾਂ ਜੀ ਉੱਥੇ ਕਿੰਨੇ ਸਟੂਡੈਂਟ ਜੇ ਤੱਕ ਅਡਾਪਟ ਕਰ ਚੁੱਕੇ ਹੋ ਤੁਸੀਂ ਵੀ ਜੀ ਐਸ ਵਾਲੇ ਤੇ ਕਿੰਨੇ ਸਮਾਂ ਸਾਢੇ 5000 ਦਾ ਬੱਚਾ ਫੀਸ ਲੈ ਰਿਹਾ ਸਾਡੇ ਕੋਲ ਫੀਸ ਲੈ ਰਿਹਾ ਬੱਚੇ ਦੇ ਅਕਾਊਂਟ ਹੁੰ ਜਾਂਦੇ ਪੈਸੇ ਇਦਾਂ ਦੀ ਕਰਕੇ ਸਾਡੀ ਬੱਚਿਆਂ ਦੀ ਔਰ ਸੱਤ ਸਕੂਲ ਸਾਡੇ ਸੱਤ ਅੱਠ ਸਕੂਲ ਜੀ ਤੇ ਇਹ ਹੀ ਸੰਭਾਲਦੀ ਕਰਦੀ ਹੈ ਮੈਂ ਤੇ ਇੱਕ ਮਹੀਨਾ ਇਧਰ ਇੱਕ ਬਿਨਾ ਉਧਰ ਤੇ ਜਿਹੜੇ ਵਿਦਿਆਰਥੀਆਂ ਦੀ ਖਾਸ ਕਰ 스ਟੱਡੀ ਨੂੰ ਲੈ ਕੇ ਤੁਸੀਂ ਫਾਈਨੈਂਸ਼ੀਅਲੀ ਸਪੋਰਟ ਕਰਦੇ ਹੋ ਉਹਨਾਂ ਵਿਦਿਆਰਥੀਆਂ ਦੇ ਟੀਚੇ ਕਿਸ ਤਰ੍ਹਾਂ ਹੁੰਦੇ ਨੇ ਕਿਹੜੇ ਕਿਹੜੇ ਅਹੁਦਿਆਂ ਦੇ ਉੱਪਰ ਪਹੁੰਚਣਾ ਚਾਹੁੰਦੇ ਹੁੰਦੇ ਨੇ ਉਹ ਵਿਦਿਆਰਥੀ ਵੀ ਜੀ ਇਹ ਤੁਹਾਨੂੰ ਇਹ ਬੱਚੀ ਹੀ ਸਭ ਕੁਝ ਮੇਰੇ ਖਿਆਲ ਕਰੇਗੀ ਮੈਂ ਕਿਉਂਕਿ ਮੇਰਾ ਮੇਨ ਇੰਟਰਸਟ ਹੈ ਹੀ ਹੁੰਦਾ ਹੈ ਕਿ ਥੋੜੇ ਜਿਹੇ ਬੱਚਿਆਂ ਨੂੰ ਜਾ ਕੇ ਮੈਂ ਆਪਣੀ ਜੀਵਨ ਕਹਾਣੀ ਸੁਣਾ ਕੇ ਨਾ ਤੇ ਬਸ ਬੱਚਿਆਂ ਨੂੰ ਮੋਟੀਵੇਟ ਕਰਦਾ ਵਾਂ ਕਿ ਮੇਰਾ ਬੇੜਾ ਲੰਡਨ ਸਕੂਲ ਆਫ ਇਕਨੋਮੀਸ ਤੋਂ ਐਮਬੀਏ ਕਰਕੇ ਉਹਦਾ ਪਾਠ ਖਣ ਪੜ ਤੱਕ ਵੀ ਕਾ ਲੈਂਦਾ ਤੇ ਨਾਲ ਆਪਾਂ ਥੋੜਾ ਜਿਹਾ 105 ਗੋਰੇ ਤੇ ਕੰਮ ਕਰਦੇ ਆ ਜੀ ਦੇਖੋ ਤੇ ਮੈਂ ਇੰਗਲੈਂਡ ਗਿਆ ਸੀਗਾ ਤੇ ਮੈਨੂੰ ਤਾਂ ਇਹ ਨੌਕਰੀ ਨਹੀਂ ਦਈ ਤਿੰਨ ਮਹੀਨੇ ਮੈਂ ਦਰਦਾ ਦੀ ਠੋਗਰਾ ਖਾਂਦਾ ਰਿਹਾ ਕਿਉਂਕਿ ਮੈਨੂੰ ਕਿਹਾ ਜਾਂਦਾ ਸੀ ਬਈ ਆ ਨਹੀਂ ਆ ਨੌਕਰੀ ਨੌਕਰੀ ਹੁੰਦੀ ਸੀ ਬਾਅਦ ਲਿਖਿਆ ਹੁੰਦਾ ਸੀ ਕਮਚਾਰੀ ਕਰਮਚਾਰੀ ਦੀ ਜਿਉਂਦਾ ਵੈਕੈਂਸੀਸ ਪਰ ਦਿੰਦੇ ਨਹੀਂ ਸੀ ਮੈਨੂੰ ਪਰ ਉਹਦਾ ਮੈਨੂੰ ਪਤਾ ਲੱਗਾ ਸੀ ਕਿਉਂ ਨਹੀਂ ਦਿੰਦੇ ਸੀ ਚਲੋ ਥੋੜਾ ਬਾਅਦ ਉੱਥੇ ਹਰ ਦੁਨੀਆ 'ਚ ਹੁੰਦਾ ਜਗ੍ਹਾ ਹੁੰਦੀ ਹੈ ਉਹ ਗੱਲ ਪਰ ਮੈਂ ਕਦੀ ਉਹ ਜਿਹਾ ਕੰਮ ਨਹੀਂ ਕੀਤਾ ਮੈਂ ਪਰਮਾਤਮਾ 'ਤੇ ਵਿਸ਼ਵਾਸ ਕਰਦਾ ਸ਼ੁਰਤੋਂ ਸੋ ਐਸਾ ਕਰਕੇ ਤੇ ਉਹ ਸੇਮ ਚੀਜ਼ ਮੈਂ ਤੇ ਕਿਉਂ ਬੱਚਿਆਂ ਨੂੰ ਉੰਝਣ ਦੀ ਕੋਸ਼ਿਸ਼ ਕਰਦਾ ਮੈਂ ਬੱਚਾ ਬੁਰੂ ਸਾਹਿਬ ਦੀ ਕਿਰਪਾ ਸਦਕਾ ਜਿ ਮਿਸਾਲ ਕਾਇਮ ਕਰਕੇ ਤੁਸੀਂ ਨਹੀਂ ਤੇ ਬਿਲਕੁਲ ਹੈ ਹੀ ਸੱਚ ਇੱਕ ਇੱਕ ਅੱਖਰ ਸੱਚ ਉਹਦਾ ਜੀ ਉਹ ਤਾਂ ਸੱਚ ਹੈ ਆਪ ਦੇਖੋ ਆਪਾਂ ਸਾਰੇ ਧਰਮੀ ਆ ਆਪਾਂ ਧਰਮ ਪਰਮਾਤਮਾ ਦੇ ਕੀ ਹੈ ਤੇ ਜੇ ਪਰਮਾਤਮਾ ਨੇ ਕੋਈ ਨਿਯਮ ਬਣਾਇਆ ਸਾਡੇ ਅਸੇ ਉਹਨਾਂ ਨਿਯਮਾਂ ਤੇ ਚੱਲਣਾ ਚਾਹੀਦਾ ਸਾਨੂੰ ਬਸ ਤੇ ਮੇਨ ਵੱਡੀ ਗੱਲ ਸਾਰਿਆਂ ਦਾ ਧਰਮ ਇੱਕੋ ਗੱਲ ਸਿ ਮਾਫ ਕਰਨਾ ਤੇ ਉਹਦੇ ਤੇ ਮੈਂ ਚੱਲਿਆ ਆਂ ਆਪ ਖੁਦ ਭੁਲੀਆਂ ਪਟੀਆਂ ਚੋਂ ਵੈਸੇ ਨਾ ਮੈਂ ਨਹੀਂ ਕਹਿੰਦਾ ਮੈਂ ਪਰ ਉਹ ਜੋੰਦ ਮੈਂ ਇਹ ਚੀਜ਼ ਸਿੱਖੀ ਐ ਇਸ ਨੂੰ ਬਹੁਤ ਸਮਾਂ ਹੋ ਗਿਆ ਮੈਨੂੰ 43 ਸਾਲ ਹੋ ਗਿਆ ਤੇ ਇਹ ਫਿਰ ਹੌਲੀ 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 ਅੱਜ ਦੇਖੋ ਮਹਾਰਾਜ ਦੀ ਕਿਰਪਾ ਨਾਲ ਪੈਸਾ ਸਭ ਕੁਝ ਨਹੀਂ ਹੈ ਪੈਸੇ ਬਿਨਾ ਵੀ ਗੱਲ ਨਹੀਂ ਹੈ ਪਰ ਪੈਸਾ ਪਿੱਛੇ ਵਿੱਚ ਆ ਜਾਂਦਾ ਹੈ ਅਸੀਂ ਪੈਸੇ ਅੱਗੇ ਰੱਖਨੇ ਆ ਨਹੀਂ ਪੈਸਾ ਪਿੱਛੇ ਹੀ ਆ ਜਾਂਦਾ ਜਦੋਂ ਅਸੀਂ ਪਰਮਾਤਮਾ ਦੇ ਪੰਜ ਨਿਯਮਾਂ ਦੇ ਚੱਲਣਾ ਪੈਂਦੇ ਆ ਉਹ ਮੇਰੇ ਕੋਲ ਐਕਸਪੀਰੀਅੰਸ ਹੈ ਬੱਚਿਆਂ ਨੂੰ ਸ਼ੇਅਰ ਕਰਦਾ ਹਾਂ ਸਰ ਇਹਦੇ ਵਿੱਚ ਇੱਕ ਸਵਾਲ ਹੈ ਜਿਸ ਤਰੀਕੇ ਦੇ ਨਾਲ ਜਿੱਥੇ ਤੁਸੀਂ ਬੱਚਿਆਂ ਦੇ ਇੱਕ ਦੁਨਿਆਵੀ ਟਾਰਗੇਟ ਨੂੰ ਲੈ ਕੇ ਕੰਮ ਕਰਦੇ ਨਜ਼ਰ ਆਉਂਦੇ ਫਾਈਨੈਂਸ਼ੀਅਲ ਸਪੋਰਟ ਕਰਦੇ ਹੋ ਪਰ ਦੂਜੇ ਪਾਸੇ ਧਰਮ ਦੀ ਵਿਦਿਆ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਧਰਮ ਦੀ ਵਿਦਿਆ ਵੀ ਦੁਨਿਆਵੀ ਵਿਦਿਆ ਦੇ ਨਾਲ ਬਹੁਤ ਲਾਜ਼ਮੀ ਆ ਬਹੁਤ ਮਹੱਤਵ ਰੱਖਦੀ ਉਹ ਮੈਂ ਆਪੇ ਨਾ ਡਾਕਟਰ ਨਹੀਂ ਹੋਏਗਾ ਉਹ ਰਿਸ਼ਵ ਦੇਣ ਵਾਲਾ ਜੱਜ ਨਹੀਂ ਹੋਏਗਾ ਐਦਾਂ ਦੀ ਗੱਲਾਂ ਨਾ ਮੇਰੇ ਕੋਲ ਮਾਰੇ ਕਹਾਂਦੇ ਕਿ ਮੈਂ ਇਹੀ ਕੁਝ ਤੋਂ ਜਿੰਨਕ ਥੋੜਾ ਬਹੁਤ ਅੱਪਾ ਜਿੰਨਕ ਸਿੱਖ ਸਖਿਆ ਆਈ ਧਰਮ ਦੀ ਮਨੂਈ ਤੇ ਇਹ ਸਹੀ ਇਹ ਲੋੜ ਹੈ ਥੋੜੀ ਬਹੁਤ ਧਰਮ ਬੁਰਪਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਸਾਡੇ ਕੋਲ ਮੁਸਲਮਾਨ ਬੱਚੇ ਵੀ ਪੜਦੇ ਆ ਅਜ਼ਮੀ ਹਿੰਦੂ ਬੱਚੇ ਵੀ ਪੜਦੇ ਆ ਸਾਰੇ ਪੜਾਣੇ ਆ ਸੀ ਕੋਈ ਅਸੀਂ ਗੱਲ ਨਹੀਂ ਅਸੀਂ ਇਹ ਨਹੀਂ ਕਿ ਬੇ ਅਸੀਂ ਪੜਾਈ ਖਾ ਸਿੱਖਾ ਨੂੰ ਨਹੀਂ ਉਹ ਵੀ ਗੱਲ ਨਹੀਂ ਸਾਡੇ ਕੋਲ ਕਿ ਅੱਪਾ ਸਾਰਿਆਂ ਦੇ ਰੱਬ ਸਾਰੇ ਅੰਦਰ ਬੈਠਾ ਹੈ ਇਨਸਾਨ ਅਸੀਂ ਸਾਰੇ ਪਰਮਾਤਮਾ ਦੇ ਬਣਾਏ ਹੋਏ ਆ ਸਾਰੇ ਜੀ ਸੋ ਇਸਦੀ ਸੇਵਾ ਮੇਰੇ ਕੋਲ ਲਾਰੇ ਉਹ ਖੀਲੇ ਸੁਆਸਤਾ ਕਰਨੀ ਹੈ ਕੋਈ ਉਹਦਾ ਹੁਕਮ ਹੈ ਨਾ ਪਰਮਾ ਦਾ ਹੁਕਮ ਨਹੀਂ ਹੈ ਨਾ ਮੈਂ ਤੁਹਾਨੂੰ ਕਿਹਾ ਹੁਕਮ ਨਹੀਂ ਮੰਨਦੇ ਸੀ ਪਰਮਾ ਨੂੰ ਮੰਨੇ ਆ ਉਹਦਾ ਹੁਕਮ ਨਹੀਂ ਮੰਨਦੇ ਤੇ ਉਹ ਫਿਰ ਮੇਰੇ ਕੋਲ ਮਹਾਰਾਜ ਜੇ ਮੈਂ 2 ਲੱਖ ਰੁਪਏ ਰੋਜ਼ ਦਾ ਕਮਾਵ ਵੀ ਲੈਂਦਾ ਤੇ ਇੱਥੇ ਸਭ ਕੁਝ ਛੱਡ ਕੇ ਜਾਣਾ ਨਾਲ ਤਾਂ ਜਾਣਾ ਨਹੀਂ ਤੇ ਬੱਚਿਆਂ ਨੂੰ ਐ ਸੇਮ ਸਿੱਖਿਆ ਦੇਤੀ ਆਪਣੀ ਤੇ ਬੱਚੇ ਕਰਦੇ ਪਿਆ ਆਪਣਾ ਜਿੱਥੇ ਐਜੂਕੇਟ ਪੰਜਾਬ ਨੂੰ ਲੈ ਕੇ ਭਾਈ ਜਸਵਿੰਦਰ ਸਿੰਘ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਫਾਈਨੈਂਸ਼ੀਅਲ ਪੱਖ ਨੂੰ ਲੈ ਕੇ ਤਾਂ ਉੱਥੇ ਪੈਨ ਜਸਪ੍ਰੀਤ ਕੌਰ ਜੋ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵਿਚਰ ਕੇ ਉਹਨਾਂ ਵਿਦਿਆਰਥੀਆਂ ਨੂੰ ਅਡਾਪਟ ਕਰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਵੱਡੇ ਟੀਚੇ ਹੁੰਦੇ ਨੇ ਕਿਤੇ ਨਾ ਕਿਤੇ ਮਰਾਤਬੇ ਦੇ ਉੱਪਰ ਪੁੱਜਣ ਵਾਸਤੇ ਭੈਣ ਜਸਪ੍ਰੀਤ ਕੌਰ ਸਾਡੇ ਨਾਲ ਨਹੀਂ ਗੱਲਬਾਤ ਕਰਨਗੇ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵੈਰੀ ਗੁੱਡ ਠੀਕ ਹੈ ਖਾਲਸਾ ਜੀ ਸਭ ਤੋਂ ਪਹਿਲਾ ਮੋਡੂਲ ਦੇ ਰੂਪ ਦੇ ਵਿੱਚ ਸਵਾਲ ਹੈ ਜੀ ਜਿਹੜਾ ਐਜੂਕੇਟ ਪੰਜਾਬ ਹੈ ਦੀ ਡੈਫੀਨੇਸ਼ਨ ਤੁਹਾਡੇ ਮੁਤਾਬਕ ਸਰੋਤਿਆਂ ਦੇ ਸਾਹਮਣੇ ਕਿਸ ਤਰ੍ਹਾਂ ਦੀ ਅਸੀਂ ਇਹਨੂੰ ਇਹ ਕਹਿ ਸਕਦੇ ਹਾਂ ਕਿ ਸਾਡਾ ਮੇਨ ਟੀਚਾ ਸੀ ਐਜੂਕੇਸ਼ਨ ਦਾ ਪਰ ਅਸੀਂ ਪੰਜਾਬ 'ਚ ਬੈਠੇ ਸੀ ਤੇ ਅਸੀਂ ਇਹਨੂੰ ਐਜੂਕੇਟ ਪੰਜਾਬ ਕਹਿੰਦਾ ਪਰ ਅਸੀਂ ਹੁਣ ਪੰਜਾਬ ਤੋਂ ਬਾਹਰ ਵੀ ਜਿਵੇਂ ਜਿਵੇਂ ਜਦਾਂ ਟੀਮ ਵੱਡੀ ਹੁੰਦੀ ਗਈ ਤੇ ਅੱਜ ਅਸੀਂ ਪੰਜਾਬ ਤੋਂ ਬਾਹਰ ਵੀ ਕਰ ਰਹੇ ਹਾਂ ਸੋ ਸਾਡਾ ਮੇਨ ਜਿਹੜਾ ਪਰਪਸ ਹੈ ਉਹ ਐਜੂਕੇਟ ਹੈ ਇਸੇ ਕਰਕੇ ਅਸੀਂ ਐਜੂਕੇਸ਼ਨ ਲੰਗਰ ਦੀ ਗੱਲ ਕਰਦੇ ਆਂ ਕਿ ਜਿਹੜਾ ਐਜੂਕੇਸ਼ਨ ਲੰਗਰ ਹੈ ਉਹ ਸਾਰਿਆਂ ਵਾਸਤੇ ਹੈ ਗੁਰੂ ਸਾਹਿਬ ਜੀ ਨੇ ਲੰਗਰ ਚਲਾਇਆ ਸੀ ਜਿਹੜਾ ਆਪਾਂ ਕਹਿੰਨੇ 20 ਰੁਪਏ ਦਾ ਲੰਗਰ ਆਏ ਪੂਰੇ ਸੰਸਾਰ ਦੀ ਜਿਹੜੀ ਭੁੱਖ ਹੈ ਉਹ ਮਿਟਾ ਰਿਹਾ ਤੇ ਐਜੂਕੇਸ਼ਨ ਦਾ ਲੰਗਰ ਵੀ ਇਹ ਗੁਰੂ ਸਾਹਿਬ ਨੇ ਆਪ ਪੰਜਾਬ ਦੀ ਧਰਤੀ ਤੋਂ ਸ਼ੁਰੂ ਕਰਾਇਆ ਤੇ ਇਹ ਵੀ ਪੂਰੀ ਸਾਡਾ ਇਹ ਜਿਹੜਾ ਸਟਾਰਟ ਕੀਤਾ ਹੋਇਆ ਐਜੂਕੇਟ ਪੰਜਾਬ 2006 ਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਖਾਲਸਾ ਜੀ ਨਾਲ ਮਿਲ ਕੇ ਇਹ ਜਿਹੜਾ ਪ੍ਰੋਜੈਕਟ ਹੈ ਚਲਾਇਆ ਹੈ ਔਰ ਇਹਦੇ ਵਿੱਚ ਜਿਹੜਾ ਮੇਨ ਮੋਟਿਵ ਇੱਕੋ ਸੀ ਕਿ ਆਪਣੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਕਿਉਂਕਿ ਉਹ ਸਮਾਜਿਕ ਕਾਰਜਾਂ ਵਿੱਚ ਬਹੁਤ ਵਧੀਆ ਉਹਨਾਂ ਦਾ ਸੀ ਕਿ ਇੱਕ ਚੰਗੇ ਸਮਾਜ ਨੂੰ ਇੱਕ ਸਮਾਜ ਨੂੰ ਚੰਗਾ ਕਿੱਦਾਂ ਬਣਾਇਆ ਜਾਵੇ ਉਹਦੇ ਵਾਸਤੇ ਬਹੁਤ ਸਾਰੇ ਸੇਵਾਵਾਂ ਕਰ ਰਹੇ ਸਨ ਤੇ ਉਹਦੇ ਵਿੱਚ ਇੱਕ ਜਿਹੜੀ ਲੋੜ ਸੀ ਉਸ ਵੇਲੇ ਦੀ ਔਰ ਅੱਜ ਦੀ ਵੀ ਲੋੜ ਹੈ ਕਿ ਐਜੂਕੇਸ਼ਨ ਜੇ ਸਾਡੇ ਬੱਚੇ ਪੜੇ ਲਿਖੇ ਹੋਣਗੇ ਕਿਸੇ ਉੱਚ ਅਦੇ ਤੇ ਹੋਣਗੇ ਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਣਗੇ ਜਿਹੜੇ ਸਟੂਡੈਂਟਸ ਨੂੰ ਤੁਸੀਂ ਫਾਈਨੈਂਸ਼ੀਅਲੀ ਸਪੋਰਟ ਕਰਦੇ ਹੋ ਫਿਰ ਉਹਨਾਂ ਦਾ ਬੈਕਗ੍ਰਾਉਂਡ ਕਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਜਾਂ ਉਹਨਾਂ ਨੂੰ ਮਤਲਬ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਖਾਸ ਕਰ ਤੁਹਾਡੇ ਵੱਲੋਂ ਜਿਹੜਾ ਪ੍ਰੋਪੋਜ਼ਲ ਕੀਤਾ ਜਾਂਦਾ ਹੈ ਸਾਡਾ ਮੇਨ ਮੋਟਿਵ ਹੁੰਦਾ ਹੈ ਕਿ ਉਹਨਾਂ ਤੇ ਇਹ ਚੈੱਕ ਕੀਤਾ ਜਾਵੇ ਵਾਕਈ ਲੋੜ ਹੈ ਸੋ ਜਿੰਨਾ ਜ਼ਿਆਦਾ ਨੀਡੀ ਓਨੀ ਜ਼ਿਆਦਾ ਉਹਦੀ ਪ੍ਰੀਫਰੈਂਸ ਹੋ ਜਾਂਦੀ ਹੈ ਜੀ ਸੋ ਖਾਸ ਕਰ ਕਰ ਜਾ ਕੇ ਚੈੱਕ ਕਰਦੇ ਹਾਂ ਕਿ ਵਾਕਈ ਉਹਦੀ ਇਨਕਮ ਕੀ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਮੈਂਬਰਸ ਜ਼ਿਆਦਾ ਨੇ ਬਟ ਉਹ ਹੁਣ ਇਨਕਮ ਹੈਗੀ ਹੈ ਮੰਨ ਲਓ ਕਿ ਕੋਈ 15000 ਮਹੀਨੇ ਦਾ ਕਮਾ ਰਿਹਾ ਹੈ 6 ਮੈਂਬਰ ਨੇ ਹੁਣ ਅਸਾਂ ਨੂੰ ਵੀ ਪਤਾ ਆਈਕਲ ਦੀ ਮਹਿੰਗਾਈ ਦੇ ਵਿੱਚ 15000 ਵੀ ਹੋਵੇ ਤੇ 6 ਮੈਂਬਰਾਂ ਦਾ ਸਰਦਾ ਹੀ ਨਹੀਂ ਜੀ ਤੇ ਅੱਜ ਕੱਲ ਬਿਮਾਰੀਆਂ ਵੀ ਬੜੀਆਂ ਨੇ ਕਿਸੇ ਨੂੰ ਕੋਈ ਐ ਬੀਪੀ ਐ ਸ਼ੂਗਰ ਐ ਕਈ ਕੈਂਸਰ ਦੇ ਪੇਸ਼ੈਂਟ ਆ ਸਾਡੇ ਸਕੂਲ ਚ ਬੱਚੇ ਪੜ੍ਹਦੇ ਨੇ ਤੁਸੀਂ ਮੰਨੋਗੇ ਨਹੀਂ ਛੋਟੇ ਛੋਟੇ ਬੱਚੇ ਆ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਐ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਐ ਕਿਸ ਦਾ ਡਾਇਲਿਸਿਸ ਚੱਲਦਾ ਸੋ ਇਹ ਸਾਰਾ ਵੀ ਨਾਲ ਕਿਉਂਕਿ ਗਰੀਬ ਘਰਾਚੋਂ ਨੇ ਖਾਣ ਨੂੰ ਵਧੀਆ ਹੈ ਨਹੀਂ ਉਹਦੇ ਕਰਕੇ ਕੀ ਐ ਕਿ ਬਿਮਾਰੀਆਂ ਜਿਹੜੀਆਂ ਨਾਲ ਨੇ ਸੇ ਸਾਰਾ ਕੁਝ ਦੇਖਦੇ ਹੋਏ ਸੀ ਹਰ ਪੱਖ ਨੂੰ ਵਿਚਾਰਦੇ ਹੋਏ ਫਿਰ ਉਹਨਾਂ ਬੱਚਿਆਂ ਨੂੰ ਅਸੀਂ ਮਦਦ ਕਰਦੇ ਹਾਂ ਮੌਜੂਦਾ ਸਮੇਂ ਦੇ ਵਿੱਚ ਖਾਸ ਕਰਕੇ ਇੱਕ ਗੱਲ ਦੀ ਇਹ ਵੀ ਚਿੰਤਾ ਹੁੰਦੀ ਹੈ ਕਿ ਜਿਹੜੇ ਯੂਥ ਹੈ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਰੁਝਾਨ ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਪੱਕੇ ਤੌਰ ਤੇ ਵਸੇਬਾ ਕਰਨ ਦਾ ਬਣਿਆ ਹੋਇਆ ਤਾਂ ਇਸ ਤਰ੍ਹਾਂ ਦੇ ਸਟੂਡੈਂਟ ਵੀ ਮਿਲਦੇ ਹੋਣਗੇ ਜਿਹੜੇ ਤੁਹਾਨੂੰ ਕਹਿੰਦੇ ਹੋਣਗੇ ਕਿ ਸਾਡਾ ਵਿਦੇਸ਼ ਦੇ ਵਿੱਚ ਚਾਈਲਡਰਸ ਨੂੰ ਲੈ ਕੇ ਜਾਂ ਇਸ ਤਰ੍ਹਾਂ ਦੇ ਸਧਾਰਨ ਪਰਿਵਾਰਾਂ ਦੇ ਬੱਚੇ ਵੀ ਮਿਲਦੇ ਆ ਤੁਹਾਨੂੰ ਸਾਨੂੰ ਮਿਲਦੇ ਆ ਜੀ ਬਿਲਕੁਲ ਮਿਲਦੇ ਆ ਬਟ ਸਾਡੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੱਚੇ ਵਾਕੇ ਹੀ ਕੁਝ ਹੁੰਜਦਾ ਇੱਕ ਬੱਚਾ ਸਾਡਾ ਸਕਾਲਰਸ਼ਿਪ ਬੇਸ ਤੇ ਹਾਰਵਰਡ ਤੱਕ ਪਹੁੰਚਿਆ ਉਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਸਕਾਲਰਸ਼ਿਪ ਲੈ ਕੇ ਪਹੁੰਚਿਆ ਐਧਾ ਦੇ ਬੱਚੇ ਤਾਂ ਅਸੀਂ ਜ਼ਰੂਰ ਤਿਆਰ ਕਰ ਰਹੇ ਆ ਪਰ ਅਸੀਂ ਕਿ ਸਿਰਫ ਪੈਸਾ ਲੈ ਕੇ ਬਾਹਰ ਜਾਣਾ ਉਹ ਚੀਜ਼ ਅਸੀਂ ਨਹੀਂ ਪ੍ਰੀਫਰ ਕਰਦੇ ਜੀ ਮੈਸੇਜ ਕੀ ਹੈ ਜੀ ਨਵੇਂ ਯੂਥ ਨੂੰ ਲੈ ਕੇ ਅਸੀਂ ਯੂਥ ਨੂੰ ਹੀ ਮੈਸੇਜ ਦੇਣਾ ਚਾਹਾਂਗੇ ਕਿ ਦੋ ਤਰੀਕੇ ਦੀ ਮਾਈਗ੍ਰੇਸ਼ਨ ਹੁੰਦੀ ਹੈ ਇੱਕ ਹੁੰਦੀ ਹੈ ਪੱਕੀ ਐ ਇੱਕ ਹੈ ਕਿ ਰਿਲੇ ਮਾਈਗ੍ਰੇਸ਼ਨ ਆਪਾਂ ਜਿਹਨੂੰ ਕਹਿੰਦੇ ਆ ਤੇ ਜਿਹੜੀ ਪੱਕੀ ਵਾਲੀ ਆ ਉਹ ਪੰਜਾਬ ਨੂੰ ਨੁਕਸਾਨ ਕਰ ਸਕਦੀ ਹੈ ਪਰ ਜਿਹੜੀ ਰਿਲੇ ਮਾਈਗ੍ਰੇਸ਼ਨ ਇੱਥੋਂ ਜਾਓ ਜ਼ਰੂਰ ਉੱਥੇ ਜਾ ਕੇ ਅੱਜ ਤੋਂ ਪਹਿਲਾਂ ਵੀ 50 100 ਸਾਲ ਪਹਿਲਾਂ ਵੀ ਜਿਹੜੇ ਸਾਡੇ ਪਰਿਵਾਰ ਨੇ ਪੰਜਾਬ ਤੋਂ ਬਾਹਰ ਗਏ ਨੇ ਉੱਥੋਂ ਕਮਾ ਕੇ ਅੱਜ ਇੱਥੇ ਬੈਕ ਕਰ ਰਹੇ ਨੇ ਬੈਕ ਮਤਲਬ ਆਪਣੇ ਕੌਮ ਦੇ ਲਈ ਬੜਾ ਕੁਝ ਕਰ ਰਹੇ ਨੇ ਸਾਡੇ ਸਾਹਮਣੇ ਐਗਜ਼ਾਮਪਲ ਨੇ ਜਸਵੰਦਰ ਸਿੰਘ ਖਾਲਸਾ ਸੋ ਅਸੀਂ ਅਗਰ ਐਦਾ ਦੀ ਰਿਲੇ ਮਾਈਗ੍ਰੇਸ਼ਨ ਵੱਲ ਜਾਈਏ ਕਿ ਉੱਥੇ ਜਾਈਏ ਜ਼ਰੂਰ ਆਪਣੇ ਆਪ ਨੂੰ ਡਿਵੈਲਪ ਕਰੀਏ ਨਾ ਵਧੀਆ ਕਰੀਏ ਕਿ ਸਾਡੇ ਵਿੱਚ ਹੋਰ ਜ਼ਿਆਦਾ ਨੋਲੇਜ ਆਵੇ ਜਿਸ ਦੇ ਨਾਲ ਅਸੀਂ ਆਪਣੇ ਜਿਹੜਾ ਮੁਲਕ ਹੈ ਉਹਨੂੰ ਅੱਗੇ ਲੈ ਕੇ ਜਾ ਸਕੀਏ ਸੋ ਇਹ ਅਸੀਂ ਜ਼ਰੂਰ ਮੈਸੇਜ ਦੇਣਾ ਚਾਹਾਂਗੇ ਆਪਣੇ ਯੂਥ ਨੂੰ ਤੇ ਨਾਲ ਦੀ ਨਾਲ ਅਸੀਂ ਇਹ ਵੀ ਸਾਰੀ ਸੰਗਤ ਨੂੰ ਵੀ ਬੇਨਤੀ ਕਰਨਾ ਚਾਹਾਂਗੇ ਕਿ ਕੋਈ ਵੀ ਐਸਾ ਪਰਿਵਾਰ ਜਿਹੜਾ ਅਫੋਰਡ ਨਹੀਂ ਕਰ ਸਕਦਾ ਔਰ ਜਿਵੇਂ ਕਿ ਅਸੀਂ 8 ਫ੍ਰੀ ਸਕੂਲ ਚਲਾ ਰਹੇ ਹਾਂ ਜਿਦੇ ਵਿੱਚ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਹੈ ਔਰ ਐਜੂਕੇਸ਼ਨ ਦੇ ਨਾਲ ਨਾਲ ਬੱਚਿਆਂ ਨੂੰ ਬੈਗ ਬੁੱਕਸ ਯੂਨੀਫਾਰਮ ਸਾਰਾ ਕੁਝ ਫ੍ਰੀ ਆਫਕਾਸ ਦਿੱਤਾ ਜਾ ਰਿਹਾ ਹੈ ਔਰ ਸਾਡੀ ਇੱਕ ਜਿਹੜਾ ਮੇਨ ਮੋਟਿਵ ਹੈ ਕਿ ਕਲੀ ਐਜੂਕੇਸ਼ਨ ਨਹੀਂ ਕੁਆਲਿਟੀ ਐਜੂਕੇਸ਼ਨ ਕਿਉਂਕਿ ਜੇ ਕਈ ਵਾਰੀ ਹੁਣ ਬੜੇ ਸਾਰੇ ਐਸਐਸ ਸਕੂਲਸ ਨੇ ਜਿੱਥੇ ਅਸੀਂ ਨਾ ਦੀ ਤਾਂ ਐਜੂਕੇਸ਼ਨ ਹੈਗੀ ਆ ਪਰ ਜਦ ਤੱਕ ਬੱਚਾ 10ਵੀਂ ਪੜ੍ਹ ਕੇ ਵੀ ਆ ਜਾਂਦਾ ਹੈ ਤੇ ਉਹਨੂੰ ਪਲੱਸ ਮਾਈਨਸ ਇਹ ਨਹੀਂ ਕਰਨਾ ਆਉਂਦਾ ਹੁੰਦਾ ਸੋ ਅਸੀਂ ਗੱਲ ਕਰਦੇ ਕੁਆਲਿਟੀ ਐਜੂਕੇਸ਼ਨ ਦੀ ਜੇ ਬੱਚਾ ਜੇ 10ਵੀਂ 12ਵੀਂ ਕਰਕੇ ਨਿਕ ਸੋਦੇ ਵਾਸਤੇ ਜੋ ਫੈਸਿਲਿਟੀਆਂ ਹੁੰਦੀਆਂ ਜੋ ਰਿਸੋਰਸਸ ਲੋਡ ਹੁੰਦੀਆਂ ਸਾਡੀ ਕੋਸ਼ਿਸ਼ ਹੁੰਦੀ ਹੈ ਸੰਗਤ ਦੇ ਸਹਿਯੋਗ ਦੇ ਨਾਲ ਉਹ ਸਾਰਾ ਕੁਝ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ ਸੋ ਕੋਈ ਵੀ ਐਸਾ ਵੀਰਪੈਣ ਹੋਵੇ ਜੋ ਸਾਡੇ ਸਕੂਲ ਦੇ ਵਿੱਚ ਅਗਰ ਉਹਨਾਂ ਨੂੰ ਐਡਮਿਸ਼ਨ ਦੀ ਲੋੜ ਹੈ ਬਟ ਸਾਡੀ ਇਹ ਹੁੰਦਾ ਕਿ ਐਡਮਿਸ਼ਨ ਸਿਰਫ ਨਰਸਰੀ ਵਿੱਚ ਹੁੰਦੀ ਹੈ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਬੱਚੇ ਦਾ ਬੇਸ ਜਿਹੜਾ ਉਹ ਬਣਾਣੇ ਆ ਕਿਉਂਕਿ ਅਸੀਂ ਲੈਣਾ ਸਿਰਫ ਲੋੜਵੰਦ ਪਰਿਵਾਰ ਦਾ ਬੱਚਾ ਉਸ ਤੋਂ ਇਲਾਵਾ ਕੋਈ ਬੱਚਾ ਕਿਤੇ ਹੋਰ ਪੜ ਰਿਹਾ ਜਿੱਥੇ ਸਾਡੇ ਸਕੂਲ ਨਹੀਂ ਹੈਗੇ ਬਟ ਉਹਨੂੰ ਹੈਲਪ ਦੀ ਲੋੜ ਹੈ ਉਹਨੂੰ ਵੀ ਅਸੀਂ ਸਕਾਲਰਸ਼ਿਪਸ ਰਾਹੀਂ ਜਿਹੜਾ ਹੈ ਉਹ ਸਪੋਰਟ ਕਰਦੇ ਆ। ਸੋ ਅਗਰ ਕੋਈ ਐਸੇ ਪਰਿਵਾਰ ਨੇ ਜਿਹੜੇ ਅਫੋਰਡ ਕਰ ਸਕਦੇ ਨੇ ਔਰ ਦਸਵੰਦ ਦੇ ਵਿੱਚ ਯੋਗਦਾਨ ਪਾ ਸਕਦੇ ਨੇ ਅਸੀਂ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਆ ਕੇ ਇਹ ਸਾਰੇ ਪ੍ਰੋਜੈਕਟਸ ਨੂੰ ਦੇਖੋ। ਤੇ ਨਾਲ ਦੇ ਨਾਲ ਆਪਣਾ ਜਿਹੜਾ ਬੜਮੁੱਲਾ ਯੋਗਦਾਨ ਹੈ ਜਿਹੜੇ এডਿਕੇਸ਼ਨ ਦੇ ਲੰਗਰ ਬਾਕੀ ਲੰਗਰਾਂ ਵਿੱਚ ਵੀ ਅਸੀਂ ਜਿੱਥੇ ਯੋਗਦਾਨ ਪਾਣਾ ਇਸ এডਿਕੇਸ਼ਨ ਦੇ ਲੰਗਰ ਵਿੱਚ ਵੀ ਆਪਣਾ ਯੋਗਦਾਨ ਪਾਈਏ ਜੀ ਮੌਜੂਦਾ ਸਮੇਂ ਦੇ ਵਿੱਚ ਖਾਸ ਕਰ ਜਿਹੜੀਆਂ ਜ਼ਿੰਮੇਵਾਰੀਆਂ ਸਿੱਖ ਅਦਾਰਿਆਂ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਂ ਸਰਕਾਰਾਂ ਦੀਆਂ ਬੰਦੀਆਂ ਸੀ ਉਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਹਿੱਸਾ ਵੰਡਾਉਣ ਵਾਸਤੇ ਜਾਂ ਕਹਿ ਸਕਦੇ ਆ ਕਿ ਸਪੋਰਟ ਕਰਨ ਵਾਸਤੇ ਜਿਹੜਾ ਐਨ ਆਰ ਆਈ ਭਰਾ ਵਿਦੇਸ਼ਾਂ ਦੇ ਵਿੱਚ ਵਸਦੇ ਨੇ ਭਾਈ ਜਸਵਿੰਦਰ ਸਿੰਘ ਖਾਲਸਾ ਵਰਗੇ ਤਾਂ ਉਹਨਾਂ ਦੇ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਜਸਵਿੰਦਰ ਸਿੰਘ ਨੇ ਜਸਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਸਵਾਲ ਹੈ ਜਿਸ ਤਰੀਕੇ ਦੇ ਨਾਲ ਭਾਈ ਜਸਵਿੰਦਰ ਸਿੰਘ ਖਾਲਸਾ ਹੁਣ ਯੂਕੇ ਵਾਲਿਆਂ ਦੀ ਗੱਲ ਚੱਲਦੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਸਟੱਡੀ ਨੂੰ ਲੈ ਕੇ ਜਿਹੜੇ ਲੋੜਵੰਦ ਬੱਚੇ ਆ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਟੀਚਿਆਂ ਨੂੰ ਮਿੱਥ ਕੇ ਅੱਗੇ ਵਧਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੱਡੇ ਉਪਰਾਲੇ ਕੀਤੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਉੱਪਰ ਸਵਾਲ ਹੈ ਕਿ ਤੁਸੀਂ ਅਜਾਹੀ ਸੰਸਥਾ ਤੇ ਅਜਾਹੀ ਦਾਣਸ਼ਮੰਦ ਲੋਕਾਂ ਦੇ ਨਾਲ ਕਦੋਂ ਤੋਂ ਜੁੜੇ ਹੋ ਜੀ ਪਹਿਲਾਂ ਤੇ ਵਾਇਰੂ ਜੀ ਕੀ ਖਾਲਸਾ ਵਾਇਰੂ ਜੀ ਕੀ ਫਤਿਹ ਮੈਨੂੰ ਕੋਈ 4-5 ਸਾਲ ਹੋਏ ਜੀ ਮੈਂ ਕਿਸੇ ਕੰਮ ਨਾਲ ਲੁਧਿਆਣੇ ਗਿਆ ਸੀਗਾ ਵੈਸੇ ਆਨ ਐਂਡ ਆਫਨ ਕਦੀ-ਕਦੀ ਐਜੂਕੇਟ ਪੰਜਾਬ ਬਾਰੇ ਮੈਂ ਪੜ੍ਹਦਾ ਸੀ ਮੇਰੇ ਦਿਮਾਗੀ ਚ ਆਇਆ ਕਿ ਸ਼ਾਇਦ ਕੋਈ ਸਰਕਾਰੀ ਸੰਸਥਾ ਹੋਣੀ ਹੈ ਕੋਈ ਬੜੀ ਲੰਬੀ ਦੀ ਕੋਸ਼ਿਸ਼ ਕੀਤੀ ਫਿਰ ਕੁਦਰਤੀ ਇੱਕ ਵਾਰੀ ਮੈਨੂੰ ਨੰਬਰ ਮਿਲ ਗਿਆ ਇਹਨਾਂ ਦਾ ਫਿਰ ਆਪਣਾ ਨਾਲ ਗੱਲਬਾਤ ਹੋਈ ਇਹਨਾਂ ਜਸਪ੍ਰੀਤ ਪੰਜੀ ਨਾਲ ਤੇ ਉੱਥੇ ਜਦੋਂ ਗੱਲ ਹੋਈ ਤੇ ਮੈਨੂੰ ਮੇਰੇ ਦਿਮਾਗ ਹੀ ਸੀਗਾ ਕਿ ਭਾਈ ਬੜਾ ਕਈ ਵਾਰੀ ਦਿਲ ਦੁਖਦਾ ਜਦੋਂ ਆਪਾਂ দান ਦਿੰਨੇ ਆ ਤੇ ਦੇਖਦੇ ਆ ਉਹ ਕਿਸੇ ਹੋਰ ਕੰਮਾਂ ਚ ਯੂਜ਼ ਹੋ ਰਿਹਾ ਹੈਗਾ ਤੇ ਮੈਂ ਤੇ ਮੇਰੀ ਵਾਈਫ ਅਸੀਂ ਦੋਨੋਂ ਇਹਨਾਂ ਦੀ ਸੰਸਥਾ ਵਿੱਚ ਚਲੇ ਗਏ ਜਾਂ ਤੋਂ ਬਾਅਦ ਉਹਨਾਂ ਪਿੰਡ ਜਾਜੋਤੋਂ ਪਿੰਡ ਚੁਲੰਕੇ ਗਏ ਤੇ ਰਸਤੇ 'ਚ ਕਈ ਮਿਲੇ ਲੋਕ ਮੈਂ ਕਿਹਾ ਜਿੱਥੇ ਕੋ ਸਕੂਲ ਹੈਗਾ ਕਿਹਦੇਹਾਜੀ ਹੈਗਾ ਜੀ ਅੱਗੇ ਹੈਗਾ ਇਸ ਤਰ੍ਹਾਂ ਗੁਰੂ ਨਾਨਕ ਸੁਛਤ ਜੀ ਫਾਊਂਡੇਸ਼ਨ ਵਾਲਿਆਂ ਦਾ ਤੇ ਮੈਂ ਕਹਾ ਜੀ ਉਹ ਕੀ ਨਾਮ ਹੈ ਤੁਹਾਡੇ ਬੱਚੇ ਪੜ੍ਹਦੇ ਨੇ ਕੋਈ ਬਜ਼ੁਰਗ ਸੰਖੇਂਦੇ ਹਾਂਜੀ ਸਾਡਾ ਮੇਰਾ ਪੁੱਤਰਾ ਜਾਂ ਪੁੱਤਰੀ ਪੜ੍ਹਦੇ ਨੇ ਉੱਥੇ ਮੈਂ ਕਹਾ ਕਿਨੇ ਪੈਸੇ ਦਿੰਦੇ ਹੋ ਮਹੀਨੇ ਦੇ ਉਹ ਕਹਿੰਦੇ ਜੀ ਪੈਸੇ ਪੁੱਸੇ ਤਾਂ ਕੋਈ ਨਹੀਂ ਦਿੰਦੇ ਤੇ ਮੈਂ ਕਹਾ ਫਿਰ ਕਰਦੇ ਕੀ ਉਹ ਕਹਿੰਦਾ ਖਾਲੀ ਲਿਆਂ ਲੈ ਜਾਂਦਾ ਕੰਮ ਸਾਡਾ ਹੈਗਾ ਛਾੜਾ ਹੀ ਦਾ ਲੈ ਜਾਂਦਾ ਜੀ ਤੇ ਬਾਕੀ ਜਿਹੜਾ ਹੈਗਾ ਉਹਨਾਂ ਦੀ ਪੜ੍ਹਾਈ ਉਹਨਾਂ ਦਾ ਬਸਤਾ ਉਹਨਾਂ ਦੀ ਕਿਤਾਬਾਂ ਉਹਨਾਂ ਦੇ ਸ਼ੂਜ਼ ਉਹਨਾਂ ਦੀ ਪਾਣੀ ਦੀ ਬੋਤਲ ਟਿਫਨ ਵਗੈਰਾ ਸਾਰਾ ਉੱਥੋਂ ਮਿਲਦਾ ਹੈਗਾ ਫਿਰ ਵੀ ਮੇਰੇ ਦਿਮਾਗੀ ਚੇਹ ਰਿਆ ਕਿ ਯਾਰ ਕੋਈ ਐ ਕੋਲ ਦਾ ਤਾਹਣਾ ਕਿ ਚਲੋ ਠੀਕ ਹੈ ਅੱਗੇ ਬੱਚੇ ਚਲੇ ਗਏ ਅੱਗੇ ਪਰ ਕੈਨ ਨੂੰ ਜਿਵੇਂ ਕੋਈ ਜਗ੍ਹਾ ਹੁੰਦੀਆਂ ਨੇ ਕਿ ਖਾਣਾ ਪੂਰਤੀ ਵਾਲੀ ਗੱਲ ਹੋ ਗਈ ਪਰ ਜਦ ਜਾ ਕੇ ਅਸੀਂ ਇਹਨਾਂ ਨੂੰ ਮਿਲੇ ਔਰ ਇਹਨਾਂ ਦਾ ਸਕੂਲ ਦੇਖਿਆ ਇਹਨਾਂ ਦਾ ਸੈਟਅਪ ਦੇਖਿਆ ਇਹਨਾਂ ਦਾ ਜਦੋਂ ਸੈਕਟਰੀਏਟ ਦੇਖਿਆ ਕਿ ਕਿਸ ਤਰ੍ਹਾਂ ਇਹ ਮੈਨੇਜ ਕਰ ਰਹੇ ਨੇ ਉਸ ਤੋਂ ਬਾਅਦ ਇਹ ਸਮਝ ਆਈ ਕਿ ਅਗਰ ਕੋਈ ਕੋਈ ਕਦੀ ਤੁਸੀਂ ਕੋਈ ਵੀ ਆਪਣੇ ਵੱਲੋਂ ਸੇਵਾ ਕਰਨੀ ਹੈ ਉਸ ਤੋਂ ਵਧੀਆ ਧਾਰਾ ਹੋਰ ਕੋਈ ਨਹੀਂ ਹੋ ਸਕਦਾ ਹੈਗਾ ਜਿਸ ਤਰ੍ਹਾਂ ਦੀ ਸੇਵਾ ਉਹਨਾਂ ਲਈ ਕਰਦੇ ਨੇ ਕਉ ਕਿਨਾਂ ਦੀ ਟ੍ਰਾਂਸਪਰੈਂਸੀ ਜਿਹੜੀ ਸਭ ਤੋਂ ਪਸੰਦ ਆਈ ਕਿ ਇਹਨਾਂ ਦਾ ਜਿਵੇਂ ਕੋਈ ਵੀ ਬੱਚਾ ਮੈਂ ਸਪੋਜ਼ ਕੋਈ ਵੀ ਬੱਚਾ ਐ ਅਡਾਪਟ ਕਰ ਲਿਆ ਉਸ ਬੱਚੇ ਦਾ ਨਾਮ ਹੈ ਲਾਲੋਕੀ ਕੁਲਵਿੰਦਰ ਸਿੰਘ ਹੈ ਜੀ ਉਸ ਬੱਚੇ ਦੀ ਮੇਰੇ ਕੋਲ ਸਾਰੀ ਡਿਟੇਲ ਹੈ ਕਿ ਉਹਦੇ ਫਾਦਰ ਕੀ ਕਰਦੇ ਨੇ ਕਿ ਉਹ ਡਰਾਈਵਰ ਨੇ ਹੈ ਕਿ ਉਹ ਰਾਜ ਮਿਸਤਰੀ ਹੈ ਕਿ ਰਿਕਸ਼ਾ ਚਲਾਦਾ ਹੈ ਕਿ ਸਬਜੀ ਵੇਚਦਾ ਹੈ ਜਾਂ ਕੀ ਕਰਦਾ ਫਿਰ ਉਸ ਤੋਂ ਬਾਅਦ ਉਹ ਬੱਚੇ ਦਾ ਇਹ ਹਰ ਵਾਰੀ ਪ੍ਰੋਗਰੈਸ ਰਿਪੋਰਟ ਵੀ ਸਾਡੇ ਕੋਲ ਆਂਦੀ ਹੈ ਫਿਰ ਉਹਦਾ ਸਾਡੇ ਕੋਲ ਜਿਹੜਾ ਅਲਾਟਮੈਂਟ ਨੰਬਰ ਆ ਜਾਂਦਾ ਜਿਵੇਂ ਉਹਦਾ ਅਲਾਟਮੈਂਟ ਨੰਬਰ EP10 ਹੈ EP10 ਮੇਰੇ ਕੋਲ ਹੀ ਜਗਾ ਮੈਂ ਕਈ ਲੋਕਾਂ ਨੂੰ ਫਿਰ ਕਨਵਿੰਸ ਕੀਤਾ ਕਿ ਤੁਸੀਂ ਜਿਵੇਂ ਕਰਨਾ ਹੁੰਦਾ ਦੇਦੇ ਤੇ ਜਾਓ ਉਹਨੇ ਨਾ ਕੋ ਸੀਐਸਆਰ ਵੀ ਹੈ ਔਰ 80ਜੀ ਵੀ ਹੈ ਬਟ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਬਾਕੀ ਕਮਾਈ ਤੇ ਬਹੁਤ ਮੋਢੀ ਹੈ ਬਟ ਜਿੱਤੇ ਤੱਕ ਸੀਐਸਆਰ ਦਾ ਸਵਾਲ ਹੈ ਸੀਐਸਆਰ ਦਾ ਸਾਡਾ ਪੰਜਾਬ ਦਾ ਨੰਬਰ ਹੀ ਨਹੀਂ ਹੈਗਾ ਕਿੱਥੇ ਸਾਡਾ ਗੋਡੀ ਸੂਬਾ ਹਰਿਆਣਾ ਬਹੁਤ ਅੱਗੇ ਹੈ ਸਾਡੇ ਤੋਂ ਸਾਊਥ ਬੜਾ ਅੱਗੇ ਹੈਗਾ ਇਹ ਸਾਰੇ ਸਟੇਟਾਂ ਬਹੁਤ ਅੱਗੇ ਹੈਗੀਆਂ ਨੇ ਅਜੇ ਹੁਣ ਥੋੜੇ ਜਿਹਾ ਅਸੀਂ ਇੱਕ ਪੌਂਗ ਲਈ ਹੈ ਅਸੀਂ ਹੁਣ ਪਿੱਛੇ ਬੰਬੇ ਬੜਾ ਵੱਡਾ ਇੱਕ ਜੀਲੋ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੇ ਚਿਕਪੁਰ ਆਰਮ ਕੀਤਾ ਸੀਗਾ ਉਹਦੇ ਚ ਪੰਜਾਬ ਦੀਆਂ ਚਾਰ ਵੱਡੀਆਂ ਸੰਸਥਾਵਾਂ ਗਈਆਂ ਸਿੱਖ ਸਿੱਖੀ ਸੰਸਥਾਵਾਂ ਉਹਦੇ ਚ ਕਿ ਇਹ ਵੀ ਸੀ ਉੱਥੇ ਜਾ ਕੇ ਇਹ ਚੀਜ਼ ਸਮਝਾਈ ਜਦੋਂ ਆ ਕੇ ਲੋਕਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਕਰਨ ਸਾਨੂੰ ਇੱਕ ਬਹੁਤ ਵੱਡਾ ਸਟੇਜ ਮਿਲਿਆ ਉੱਥੇ ਮਿਲਦਾ ਜਿਹਦੇ ਚ 250 ਤੋਂ ਉੱਪਰ ਸਟਾਲ ਲੱਗਿਆ ਸੀਗਾ ਜਿਹਦੇ ਵਰਲਡ ਵਾਈਡ ਲੋਕ ਆਏ ਸਨ ਬੜੇ ਅਲੱਗ-ਅਲੱਗ ਕੰਟਰੀਆਂ ਤੋਂ ਲੋਕ ਆਏ ਸਨ ਤੇ ਉੱਥੇ ਜਦੋਂ ਇਹ ਦੱਸਿਆ ਜਾ ਕੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਪ੍ਰੋਗਰਾਮੇ ਕਰ ਰਹੇ ਹਾਂ ਅਰੇ ਕਰ ਰਹੇ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਇਸ ਚੀਜ਼ ਨੂੰ ਕਿ ਇੰਨੀ ਜੀ ਮਤਲਬ ਇਹਨੇ ਸਮੇਂ ਦੇ ਅੰਦਰ ਇੱਥੇ ਤੱਕ ਪਹੁੰਚ ਗਏ ਨੇ ਦੇ ਅਜਿਹਾ ਜਿਹੜਾ ਇਹਨਾਂ ਦਾ ਜੋ ਇਹਨਾਂ ਨਾਲ ਮੇਰਾ ਰੂਬਰੂ ਹੁੰਦਾ ਰਹਿੰਦਾ ਹੈਗਾ ਜਿਨੀ ਕੁ ਮੇਰੇ ਕੋਲ ਮੇਰੀ ਦਬਾਕ ਹੀ ਸਮਝ ਆਂਦੀ ਹੈ ਜਾਂ ਜੋ ਮੈਨੂੰ ਲੱਗਦਾ ਹੈ ਕਿ ਇਹ ਗੱਲ ਮੈਂ ਨਾਲ ਸ਼ੇਅਰ ਕਰਾਂ ਕਿਉਂਕਿ ਸ਼ੇਅਰਿੰਗ ਬੜੀ ਜ਼ਰੂਰੀ ਹੈ ਜੀ ਉਸ ਤੋਂ ਮੈਂ ਇੱਕ ਅੰਦਾਜ਼ਾ ਲਾਇਆ ਕਿ ਅਜੇ ਤੱਕ ਇਹਨਾਂ ਨੇ 5000 ਬੱਚਾ ਜਿਹੜਾ ਹੈਗਾ ਆਲਰੇਡੀ ਅਡਾਪਟ ਕੀਤਾ ਆਇਆ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਰਾਜਪੁਰੇ ਦਾ ਗੂਗਲ ਬੋਏ ਹੈ ਦੁਨੀਆ ਦੀ ਕੋਈ ਵੀ ਖਬਰ ਹੈ ਉਹ ਤੁਹਾਨੂੰ ਦੱਸ ਸਕਦਾ ਹੈਗਾ ਉਹ ਇਹਨਾਂ ਦੇ ਸਕੂਲ ਲਈ ਹੈ ਜੀ ਇਹਨਾਂ ਵੱਲੋਂ ਹੀ ਮਤਲਬ ਬੜੀ ਸਹਾਇਤਾ ਕੀਤੀ ਜਾਂਦੀ ਹੈਗੀ ਹੈ ਉਹ ਜਿਹੜੇ ਕੁਝ ਬੱਚੇ ਡਾਕਟਰ ਵੀ ਨਿਕਲੇ ਨੇ ਕੁਝ ਵਕੀਲ ਨਿਕਲੇ ਨੇ ਅਜਿਹਾ ਉਹਨੇ ਇੱਕ ਹਾਰਵਰਡ ਵਰਗੇ ਯੂਨੀਵਰਸਿਟੀ ਦੇ ਵਿੱਚ ਵੀ ਜਾ ਕੇ ਲੈਕਚਰ ਦੇਣ ਗਿਆ ਇਹਨਾਂ ਦੇ ਸਕੂਲ ਤੋਂ ਹੈ ਮੀਡੀਆ 'ਚ ਕਈ ਲੋਕ ਨੇ ਜਿਨ੍ਹਾਂ ਨੇ ਇਹਨਾਂ ਨੇ ਸਪੋਰਟ ਕੀਤੀ ਆ ਜੋ ਕਿਸੇ ਮੁਕਾਮ ਤੇ ਪਹੁੰਚੇ ਨੇ ਤੇ ਇਹ ਸਮਝ ਆਈ ਕਿ ਇੱਕ ਬਹੁਤ ਵੱਡਾ ਉਦਮ ਕਰ ਰਹੇ ਨੇ ਤੇ ਕਿਉਂ ਨਾ ਸੋਯਾ ਸਰਯੋਗ ਕੀਤਾ ਜਾਏ ਤੇ ਨਾਲ-ਨਾਲ ਮੈਂ ਹੋਰ ਵੀ ਲੋਕਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਦਾਨ ਕਰਨਾ ਹੈ ਅਕਲੀ ਕੀ ਜੇ ਦਾਨ ਵਾਲਾ ਕੰਮ ਕਰੋ ਬਿਲਡਿੰਗਾਂ ਬਹੁਤ ਬਣ ਗਈਆਂ ਨੇ ਪੰਜਾਬ ਵਿੱਚ ਕਈ ਹਜ਼ਾਰ ਗੁਰਦੁਆਰੇ ਨੇ ਤਉ ਉਹਨਾਂ ਗੁਰਦੁਆਰਿਆਂ ਨੂੰ ਤੁਸੀਂ ਦੇਖੋ ਮੈਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਮੈਂ ਉੱਥੇ ਇੱਕ ਚੀਜ਼ ਬੜੀ ਵਧੀਆ ਮੈਨੂੰ ਲੱਗੀ ਉਹ ਕੀ ਕਰਦੇ ਨੇ ਜਦੋਂ ਉਹਨਾਂ ਦੇ ਗੁਰਦੁਆਰੇ ਕੋਈ ਜਗ੍ਹਾ ਉੱਥੇ ਕੀਮਤ ਅਜਾਗਾ ਦੀ ਉਹ ਕੀ ਕਰਦੇ ਨੇ ਕਿ ਉਹ ਜਦੋਂ ਖਾਲੀ ਹੁੰਦਾ ਗੁਰਦੁਆਰਾ ਸਾਹਿਬ ਦਾ ਹਾਲ ਤੇ ਉਹ ਮਹਾਰਾਜ ਦਾ ਸਰੂਪ ਜਿਹੜਾ ਸੰਤੋਖ ਦਿੰਦੇ ਨੇ ਚਾਹ ਦੇ ਨਹੀਂ ਜਿਸ ਸਦੋਖਣਾ ਪਵੇ ਉਹਨੂੰ ਕਨਵਰਟ ਕਰ ਦਿੰਦੇ ਨੇ ਅਜੇ ਕਲਾਸ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਵੀਕ ਨੇ ਜਾਂ ਜਿਨ੍ਹਾਂ ਨੇ ਕੀਰਤਨ ਸਿੱਖਣਾ ਹੈ ਜਾਂ ਕਿਸੇ ਨੇ ਸਗੀਤ ਸਿੱਖਣਾ ਹੈ ਜਾਂ ਕਿਸੇ ਨੇ ਪੜਾਈ ਸਿੱਖਣੀ ਹੈ ਉਹ ਉਹਨੂੰ ਕਹਿੰਦੇ ਨੇ 올 ਇਨ ਵਨ ਐਕਚੁਅਲੀ ਗੁਰੂ ਸਾਹਿਬ ਨੇ ਜਿਹੜਾ ਗੁਰਦੁਆਰੇ ਦਾ ਕਨਸੈਪਟ ਲਿੱਤਾ ਹੈ ਅਗਰ ਇਹਨੂੰ ਧਿਆਨ ਨਾਲ ਦੇਖੋ ਜੇ ਧਰਮਸਾਲ ਹੈ ਹਮ ਇਹ ਤੇ ਸਭ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜੋ ਨਹੀਂ ਹੈਗੀਆਂ ਅੱਜ ਅਗਰ ਇਹ ਸਾਰੇ ਜਿੰਨੇ ਸਾਡੇ ਗੁਰਦੁਆਰੇ ਨੇ ਅਗਰੇ ਨਾ ਕਮਾਚ ਲੱਗ ਜਾਣ ਅਗਰ ਪੰਜ ਪੰਜ ਦਸ ਦਸ ਬੱਚੇ ਇਹ ਯੀ ਅਡਾਪਟ ਕਰ ਲੈਣ ਤੇ ਕਿਹੜੀ ਵੱਡੀ ਗੱਲ ਇਹਨਾਂ ਨੇ ਕਿਹੜਾ ਕੋਲੋਂ ਪੈਸੇ ਦਿੰਦੇ ਨੇ ਐਨ ਆਰ ਆਈ ਭਰਾਵਾਂ ਦੀ ਦੇਣ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਜਿਹੜਾ ਫਰਜ਼ ਖਾਸ ਕਰਕੇ ਐਜੂਕੇਸ਼ਨ ਨੂੰ ਲੈ ਕੇ ਵੱਡੀਆਂ ਜਥੇਬੰਦੀਆਂ ਦਾ ਬਣਦਾ ਸੀ ਜਾਂ ਸਮੁੱਚੇ ਨਿظام ਦੇ ਵਿੱਚੋਂ ਗਵਰਨਮੈਂਟ ਦਾ ਬਣਦਾ ਸੀ ਉਹਨਾਂ ਜ਼ਿੰਮੇਵਾਰੀਆਂ ਦਾ ਭਾਰ ਵਣਾਉਣ ਦੇ ਵਿੱਚ ਕਿਤੇ ਨਾ ਕਿਤੇ ਐਨ ਆਰ ਆਈ ਭਰਾ ਦਿਨ ਰਾਤ ਮਸ਼ਕਤ ਕਰਕੇ ਵੀ ਸਹਾਇਕ ਹੁੰਦੇ ਨਾ ਚੀਜ਼ਾਂ ਤੋਂ ਨਜ਼ਰ ਆਉਂਦੇ ਬੜੀ ਮਿਹਨਤ ਦਾ ਪੈਸਾ ਕਮਾਉਂਦੇ ਨੇ ਜੀ ਉੱਥੇ ਉੱਥੇ ਜਿਹੜੀ ਕਮਾਈ ਕਰਨੀ ਆ ਨਾ ਜਾ ਕੇ ਦੇਖ ਕੇ ਆਇਆ ਬਹੁਤ ਔਖਾ ਹੈਗਾ ਪੈਸਾ ਕਮਾਉਣਾ ਇੱਥੇ ਸਾਡੇ ਕੋਲ ਇਨਾ ਟਾਈਮ ਹੈ ਦੂਜਿਆਂ ਨਾਲ ਗੱਲਾਂ ਕਰਨ ਦਾ ਸਭ ਕੁਝ ਕਰ ਰਹੇ ਹੁਣ ਉੱਥੇ ਕਿਹਦੇ ਕੋਲ ਟਾਈਮ ਹੈ ਨਾ ਟਾਈਮ ਹੈ ਨਾ ਕਿਸੇ ਕੋਲ ਕੋਈ ਕਿਸੇ ਨੂੰ ਕੋਹ ਪੁੱਛਦਾ ਹੈਗਾ ਹਰ ਆਦਮੀ ਆਪਣੇ ਆਪ ਹੀ ਚੀ ਲੱਗੇ ਆ ਮਸਤ ਹੈ ਮੈਂ ਤਾਂ ਕਹਿੰਦਾ ਇਹਨਾਂ ਨੂੰ ਸਲੂਟ ਹੈ ਜਿਹੜੇ ਉੱਥੋਂ ਆ ਕੇ ਇੱਥੇ ਆਪਣਾ ਕੰਮ ਕਰਦੇ ਨੇ ਤੇ ਇੱਥੇ ਅਸੀਂ ਇੱਥੇ ਲੋਕਲ ਹੋ ਕੇ ਨਹੀਂ ਇਨਾ ਕੰਮ ਕਰ ਸਕਦੇ ਜਿੰਨਾ ਬਾਰਵਾ ਕੇ ਕਰਦੇ ਨੇ ਜਦੋਂ ਆਂਦੇ ਨੇ ਤਾਂ ਪੂਰੇ ਡੈਡੀਕੇਟਲੀ ਇੱਥੇ 2 ਮਹੀਨੇ 4 ਮਹੀਨੇ ਲਗਾਉਂਦੇ ਨੇ ਮੈਂ ਤਾਂ ਜਿਨੇ ਵੀ ਐਨ ਆਰ ਆਈ ਨੇ ਸਾਰੇ ਦੁਨੀਆ ਜਿਹੜੇ ਸਿੱਖ ਨੇ ਐਨ ਆਰ ਆਈਸ ਫੈਲੇ ਹੋਏ ਨੇ ਜਾਂ ਪੰਜਾਬੀ ਐਨ ਆਰ ਆਈ ਹੈਗੇ ਨੇ ਉਹ ਇੱਕ ਇੱਕ ਕਰਨਾਰੇ ਇੱਕ ਇੱਕ ਪਿੰਡ ਵੀ ਸੰਭਾਲ ਲੈਣਾ ਤੇ ਨਕਸ਼ਾ ਬਦਲ ਜਾਏਗਾ ਬਿਲਕੁਲ ਬਿਲਕੁਲ ਨਕਸ਼ਾ ਬਦਲ ਜਾਏਗਾ ਸੜੇ ਪੰਜਾਬ ਦਾ ਨਕਸ਼ਾ ਬਦਲ ਜਾਏਗਾ ਦੁਨੀਆ ਦਾ ਸਭ ਤੋਂ ਵਧੀਆ ਰਾਜ ਬਨੇਗਾ ਦੁਨੀਆ ਦਾ ਬਿਲਕੁਲ ਇਹ ਰਾਜ ਅਸਲ ਰਾਜ ਤੇ ਆ ਜਿੰਨੂੰ ਆਪਾਂ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਨੂੰ ਬੀਵੀਸੀ ਲੰਡਨ ਨੇ ਵੀ ਜਿਹੜਾ ਸਰਵੇ ਕੀਤਾ ਉਹਦੇ ਚ ਦੁਨੀਆ ਦੇ 5000 ਵਧੀਆ ਸਕਾਲਰਸ ਨੂੰ ਬੁਲਾਇਆ ਇਹ ਕਾਮ ਵੋਟਰ ਨਹੀਂ ਸਨ ਉਹ ਸਕਾਲਰ ਸਨ 38% ਵੋਟ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਪਈ ਤੇ ਜਿਹੜਾ ਉਹਨਾਂ ਦਾ ਕੰਪੀਟੀਟਰ ਸੀਗਾ ਉਹ 2% ਜਾਂ 3% ਦੇ ਬੈਠਾ ਸੀ ਜਿਹਦੇ ਨੈਪੋਲੀਅਨ ਬੋਨਾਪਾਰਟ ਸੀ ਅਕਬਰ ਦੀ ਗ੍ਰੇਡ ਜਿਹਨੂੰ ਕਹਿੰਦੇ ਆ ਇਹ ਲੋਕ ਸੀਗੇ ਉਹ 2-2 3-3% ਤੇ ਬੈਠੇ ਸੀ ਤੇ ਮਹਾਰਾਜਾ ਨੂੰ 38% ਵੋਟ ਆ ਬਿਲਕੁਲ ਬਿਲਕੁਲ ਤੇ ਕੁਝ ਤਾਂ ਸੀਗਾ ਨਾ ਉਹਨਾਂ ਦੇ ਅੰਦਰ ਉਹ ਰਾਜ ਕਿਉਂ ਨਹੀਂ ਆ ਸਕਦਾ ਦੁਬਾਰਾ ਕੀ ਕਹਤ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਰਾਜ ਹੀ ਹੁੰਨੇ ਬਟ ਅਸੀਂ ਉਹਨੂੰ ਅਡਾਪਟ ਨਹੀਂ ਕਰਦੇ ਤੇ ਹੀ ਅਸੀਂ ਰਿਕਵੈਸਟ ਕਰਾਂਗੇ ਕਿ ਅਸੀਂ ਜਿੰਨਾ ਹੋ ਸਕਦਾ ਕਿਉਂਕਿ ਦੇਖੋ ਅਸੀਂ ਕੱਲੇ ਆ ਨਾ ਰਹੀਆਂ ਤਾਂ ਵੀ ਛੱਡੀ ਉਹ ਵੀ ਗਲਤ ਹੈ ਉਹ ਤਾਂ ਆਪਣਾ ਕੰਮ ਕਰ ਹੀ ਰਹੇ ਨੇ ਉਹ ਤਾਂ ਜਿੰਨਾ ਉਹਨਾਂ ਕੋਲ ਹੁੰਦਾ ਉਹ ਕਰਦੇ ਇਥੇ ਉਹ ਚੀਜ਼ਾਂ ਬਣ ਕਰਨ ਤੇ ਆ ਕੇ ਇੱਕ ਇੱਕ ਸਕੂਲ ਹੀ ਅਡਾਪਟ ਕਰ ਲੈਣ। ਬਿਲਕੁਲ। ਉਹ ਵੀ ਬਹੁਤ ਵੱਡੀ ਗੱਲ ਹੈਗੀ ਆ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪਰ ਗੁਰਾਂ ਦੇ ਨਾਮ ਦੇ ਉੱਪਰ ਵਸਣ ਵਾਲੇ ਪੰਜਾਬ ਦੇ ਸਾਹਮਣੇ ਕਿਤੇ ਨਾ ਕਿਤੇ ਜੇ ਐਜੂਕੇਸ਼ਨ ਨੂੰ ਲੈ ਕੇ ਦੇਖਿਆ ਜਾਵੇ ਤਾਂ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਪੰਜਾਬੀ ਪ੍ਰਵਾਸੀ ਭਾਈਚਾਰੇ ਨੇ ਵੱਡਾ ਸਮਰਥਨ ਕੀਤਾ ਏ ਤੇ ਉਹਨਾਂ ਦੇ ਵਿੱਚੋਂ ਭਾਈ ਜਸਵਿੰਦਰ ਸਿੰਘ ਖਾਲਸਾ ਯੂਕੇ ਵਾਲਿਆਂ ਦੀ ਵੀ ਐਮ ਭੂਮਿਕਾ ਦੇਖੀ ਜਾ ਸਕਦੀ ਆ ਔਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜਾ ਪ੍ਰਵਾਸੀ ਭਾਈਚਾਰਾ ਵਿਦੇਸ਼ਾਂ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਿਹਾ ਹੈ ਉਹਨਾਂ ਨੂੰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਵੱਲ ਖਿਆਲਾਤ ਕਰਨ ਦੀ ਜ਼ਰੂਰਤ ਹੈ ਭਵਿੱਖ ਦੇ ਵਿੱਚ ਵੀ ਤਮਾਮ ਸਾਰੀ ਤਮਾਮ ਪੱਖ ਬਾਰੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ